वाहिगुरु जी का खालसा, वाहिगुरु जी की फतेह। अज दे गुरु दर्शन प्रोग्राम दे विच असीं अपने समूह दर्शकां नूं जी आखदे हां अते असीं अपने विचार नूं उत्थों शुरू करदे हां जिथे असीं अपने विचार पिछले प्रोग्राम दे विच छड्डी सी। असीं विचार कर रहे सां गुरु अर्जन देव जी महाराज दे इन्हां महान बचना ते जिहड़े उन्होंने राग जैतसरी दे विच उचारण किए। असीं इत्थे पहुंचे सी, महाराज सानूं दस रहे आ कि मन चिंदे फल पाइए हर के गुण गाओ। जे परमात्मा दे गुणा दा गायन किया जावे, परमात्मा दी सिफत सलाह की जावे, ਤਾਂ ਸਾਨੂੰ ਮਨ ਭਾਵੇ ਜਿਹੜੇ ਫਲ ਆ ਉਹ ਪ੍ਰਾਪਤ ਹੋ ਜਾਂਦੇ ਆ। ਜਨਮ ਮਰਨ ਭੈ ਕੱਟੀਏ ਨਿਹਚਲ ਸੱਚ ਥਾਉ। ਜਨਮ ਤੋਂ ਲੈ ਕੇ ਮਰਨ ਤੱਕ ਦੇ ਜਿਹੜੇ ਡਰ ਆ ਸਾਡੇ ਉਹ ਕੱਟੇ ਜਾਂਦੇ ਆ ਅਤੇ ਸਾਨੂੰ ਸਦਾ ਥਿਰ ਜਿਹੜਾ ਆ ਨਿਹਚਲ ਟਿਕਾਣਾ ਜਿਹੜਾ ਆ ਉਹ ਪ੍ਰਾਪਤ ਹੋ ਜਾਂਦਾ। ਸੋ ਇਸ ਵਿਚਾਰ ਚਰਚਾ ਦੇ ਵਿੱਚ ਸਾਡੇ ਨਾਲ ਸ਼ਾਮਲ ਹੋਣਗੇ ਸੰਤੋਖ ਸਿੰਘ ਜੀ। ਸੋ ਅਸੀਂ ਆਪਣੇ ਵਿਚਾਰ ਨੂੰ ਅਗਾਂਹ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗਿਆਨੀ ਜੀ, ਇੱਥੇ ਮਹਾਰਾਜ ਨੇ ਸਾਨੂੰ ਜਿੱਥੇ ਇਹ ਗੱਲ ਦੱਸੀ ਆ ਵੀ ਜੇ ਤੁਸੀਂ ਜਿੱਦਾਂ ਆਪਾਂ ਪਹਿਲੀ ਐਪੀਸੋਡ ਵਿੱਚ ਗੱਲ ਕਰਦੇ ਸੀ ਮੰਗਣ ਦੀ, ਇੱਥੇ ਗੱਲ ਉਹਨੇ ਕਲੀਅਰ ਕਰ ਦਿੱਤੀ ਆ ਮੰਗਣਾ ਕੀ ਆ, ਉਹਦੇ ਨਾਲ ਮੰਗ ਰੱਖ ਦਿੱਤੀ ਆ। ਹਾਂਜੀ ਬਿਲਕੁਲ, ਪਹਿਲਾਂ ਤਾਂ ਕਹਿ ਦਿੱਤੇ ਆ ਵੀ ਉਹੋ ਹੀ ਠਾਕਰ ਦਿੰਦਾ ਜੋ ਤੁਸੀਂ ਮੰਗਦੇ ਆ, ਪਰ ਮੰਗਣਾ ਫਿਰ ਮੂਹਰੇ ਕੀ ਆ ਉਹ ਵੀ ਕਲੀਅਰ ਕੀਤਾ ਜਨਮ ਤੋਂ ਲੈ ਕੇ ਮਰਨ ਤੱਕ। ਦੇਖੋ ਜਿਹੜਾ ਜਿਹੜਾ ਜ਼ਿੰਦਗੀ ਦਾ ਮਨੋਰਥ ਆ, ਜੀ ਜੀ ਜੀ, ਜਿਸ ਪਰਪਸ ਵਾਸਤੇ ਇਹ ਜੀਵਨ ਮਿਲਿਆ, ਜਿਹਨੂੰ ਮਹਾਰਾਜ ਗੁਰਬਾਣੀ ਵਿੱਚ ਵੀ ਥਾਂ ਪੁਰ ਥਾਂ ਦੱਸਦੇ ਆ ਕਿ ਭਈ ਪ੍ਰਾਪਤ ਮਾਨਕ ਦੇਹਰੀ ਆ ਗੋਬਿੰਦ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਆ, ਇਹ ਤੇਰੀ ਇੱਕ ਵਾਰੀ ਆ ਸਿਰਫ ਆਪੇ। ਅਵਰ ਕਾਜ ਜਿਹੜੇ ਬਾਕੀ ਤੇਰੇ ਕਾਜ ਆ ਉਹ ਅਵਰ ਕਾਜ ਤੇਰੇ ਕਿਤੇ ਨਾ ਕੰਮ ਵੀ ਉਹ ਤੇਰੇ ਦੁਨੀਆਂ ਦੇ ਆ, ਵੀ ਜੇ ਤੇਰੇ ਆਤਮਿਕ ਜੀਵਨ ਦੇ ਡਿਵੈਲਪਮੈਂਟ ਲਈ ਆ ਉਹਲੇ ਤਾਂ ਕੱਖ ਵੀ ਨਹੀਂ ਗਾ ਇਹ। ਸੋ ਇਸ ਕਰਕੇ ਜੇ ਆਤਮਿਕ ਡਿਵੈਲਪਿੰਗ ਕਰਨੀ ਆ ਤਾਂ ਫਿਰ ਸਾਨੂੰ ਉਹਨੂੰ ਕਾਰਜਾਂ ਨੂੰ ਦੋ ਨੰਬਰ 'ਤੇ ਕਰਨਾ ਪੈਣਾ। ਦੇਖੋ ਕਾਰਜ ਤਾਂ ਸਾਨੂੰ ਸਹਾਈ ਹੁੰਦੇ ਆ ਆਹ ਜੀਵਨ ਨੂੰ ਬਿਹਤਰ ਬਣਾਉਣ ਲਈ। ਮਾਇਆ ਦੀ ਲੋੜ ਆ ਸਾਨੂੰ ਇਸ ਜੀਵਨ ਆਪਣੀਆਂ ਜ਼ਰੂਰਤਾਂ ਜਿਹੜੀਆਂ ਸਾਡੀਆਂ ਉਹਨਾਂ ਨੂੰ ਪੂਰਾ ਕਰਨ ਲਈ, ਪਰ ਇਹ ਸਾਨੂੰ ਇਹ ਕੰਮ ਜਿਹੜੇ ਆ ਇਹ ਗਾਂਹ ਨਹੀਂ ਸਹਾਈ ਹੁੰਦੇ ਜੀ। ਹੁਣ ਸਿੱਖ ਧਰਮ ਜਿਹੜਾ ਆ ਉਹ ਜਿਹੜਾ ਅਗਾਂਹ ਆ ਅੱਗਾ ਆ ਉਹਦੇ ਵਿੱਚ ਵਿਸ਼ਵਾਸ ਕਰਦਾ ਜੀ, ਕਈ ਧਰਮ ਨਹੀਂ ਕਰਦੇ ਜੀ ਜੀ। ਕਈ ਐਸੇ ਦੁਨੀਆਂ ਦੇ ਵਿੱਚ ਹੈਗੇ ਆ ਧਰਮ ਜਿਹੜੇ ਕਹਿੰਦੇ ਆ ਵੀ ਅੱਗਾ ਹੈ ਨਹੀਂ। ਨਾਲੇ ਪ੍ਰੋਬਲਮ ਇਹ ਵੀ ਆ ਜਾਂਦੀ ਆ ਭਾਅ ਜੀ, ਜਦੋਂ ਆਪਾਂ ਓਮਨੀ ਪ੍ਰੈਜੈਂਟ ਕਹਿੰਦੇ ਹਾਂ ਵੀ ਉਹਨੂੰ ਅੱਗੇ ਪਿੱਛੇ ਸਾਰਾ ਦਿਸ ਵੀ ਪੈਂਦਾ ਸਾਨੂੰ, ਜਦੋਂ ਅੱਗੇ ਪਿੱਛੇ ਹੈਗਾ ਹੀ ਉਹ ਆ ਸਰਵ ਵਿਆਪਕ ਆ, ਵੀ ਜਦੋਂ ਅੱਗੇ ਦੀ ਗੱਲ ਕਰਨੀ ਆ ਤਾਂ ਫਿਰ ਸਾਨੂੰ ਪ੍ਰੈਜੈਂਟ ਵੀ ਸਾਡਾ ਨਾਲ ਹੀ ਆਉਣਾ, ਵੀ ਸਾਡਾ ਜੀਵਨ ਆ ਵੀ ਸਫਲ ਤੇਰੇ ਹੀ ਹੋਣਾ। ਇੱਕ ਜਿਹੜੇ ਨਹੀਂ ਵੀ ਮੰਨਦੇ ਆ ਉਹਨਾਂ ਨੂੰ ਵੀ ਇਹ ਤਗੀਦ ਹੁੰਦੀ ਆ ਵੀ ਜੇ ਤੁਸੀਂ ਇਹ ਕਹਿੰਦੇ ਵੀ ਅੱਗਾ ਹੈ ਨਹੀਂ ਗਾ, ਇਹਦਾ ਮਤਲਬ ਤੁਸੀਂ ਆਹ ਸਵਾਰ ਲਿਆ ਆਪਣਾ ਆਪ, ਵੀ ਜੇ ਨਹੀਂ ਸਵਾਰਿਆ ਮੈਲੇ ਤਾਂ ਤੁਸੀਂ ਤਾਂ ਵੀ ਆ ਅੰਦਰ ਅਗਿਆਨਤਾ ਦੀ ਅੱਗ ਲੱਗੀ ਹੋਊ ਆ, ਮੈਂਟਲ ਹੈਲਥ ਵਿਗੜੀ ਹੋਊ ਆ, ਕੋਈ ਮੋਟੀਵੇਸ਼ਨ ਜ਼ਿੰਦਗੀ ਦਾ ਹੈ ਨਹੀਂ ਗਾ, ਗੋਲੀਆਂ ਖਾ ਕੇ ਰਾਤ ਨੂੰ ਸੌਂਦੇ ਹਾਂ, ਵੀ ਆਹ ਸਾਰੀਆਂ ਬਿਮਾਰੀਆਂ ਤਾਂ ਲੱਗੀਆਂ ਆ, ਵੀ ਕਾਹਤੇ ਨਹੀਂ ਤੁਸੀਂ ਇਹਨਾਂ ਬਿਮਾਰੀਆਂ ਦਾ ਟ੍ਰੀਟਮੈਂਟ ਕਰਦੇ, ਵੀ ਆਪਣੀ ਜਿਹੜੀ ਅੰਦਰ ਭਟਕਣਾ ਆ ਉਹਨੂੰ ਕਾਹਤੇ ਜਿਹੜੀ ਤੜੋ ਮੱਛੀ ਲੱਗੀ ਹੋਊ ਆ, ਵੀ ਮੇਰੀ ਹਜੇ ਬਨੇਰੇ ਹੱਥ ਪਿਆ ਹੀ ਨਹੀਂ, ਵੀ ਉਹ ਕਾਹਤੇ ਇੰਨਾ ਆਪਣੇ ਆਪ ਨੂੰ ਦਿੱਤਾ ਆ ਧੂੜ ਜਿਹਾ ਇਹਨਾਂ ਗੱਲਾਂ ਦੇ। ਉਹ ਗਿਆਨੀ ਜੀ ਜ਼ਿਆਦਾ ਮਸਲਾ ਇਹ ਆ ਬਈ ਬਚਪਨ ਤੋਂ ਹੀ ਬੱਚਿਆਂ ਨੂੰ ਇਹ ਕਿਹਾ ਜਾਂਦਾ ਵੀ ਤੁਸੀਂ ਕੰਮ ਸਿੱਖੋ, ਕੋਈ ਐਸਾ ਸਿੱਖੋ ਜਿਹਦੇ ਨਾਲ ਤੁਹਾਨੂੰ ਚਾਰ ਪੈਸੇ ਆਉਣ, ਹੈ ਜੀ, ਤੁਸੀਂ ਕਮਾਈ ਕਰੋ ਅਤੇ ਕਮਾਈ ਕਰਨ ਨਾਲ ਆਪਣੀ ਜ਼ਿੰਦਗੀ ਬਿਹਤਰ ਬਣਾ ਲਓ ਜੀ ਜੀ। ਇਸ ਹੱਦ ਤੱਕ ਤਾਂ ਠੀਕ ਆ, ਜ਼ਿੰਦਗੀ ਬਿਹਤਰ ਬਣਾਉਣ ਲਈ ਬੰਦਾ ਇਹਨਾਂ ਕੰਮਾਂ 'ਚ ਮੈਡ ਹੋ ਜਾਂਦਾ। ਹਾਂ,
पर जिहड़ा दूजी सिक्ख्या आ बई तुसीं एक चंगे इंसान बनना ਉਹਨੂੰ ਇਹ ਭੁੱਲ ਜਾਂਦਾ ਉਹਨੂੰ ਭੁੱਲ ਜਾਂਦਾ ਜਾਂ ਇਹ ਭੁੱਲ ਜਾਂਦਾ ਵੀ ਮੈਂ ਆਇਆ ਕਾਹਦੇ ਵਾਸਤੇ ਆ ਇਹ ਨਹੀਂ ਦੱਸਿਆ ਜਾਂਦਾ ਬੱਚਿਆਂ ਨੂੰ ਫਿਰ ਲੱਗਾ ਕਿਤਕ ਫਕੜੇ ਪਰਿਵਾਰਾਂ ਦੇ ਵਿੱਚ ਇਹ ਚੀਜ਼ ਵੀ ਨਾਲ ਦੱਸਣੀ ਚਾਹੀਦੀ ਆ ਵੀ ਤੂੰ ਤੈਨੂੰ ਇਹ ਜਨਮ ਮਿਲਿਆ ਇਹ ਕਾਹਦੇ ਲਈ ਆ ਤੇ ਇੱਥੇ ਆ ਜਿਹੜਾ ਸਮਾਜ ਦੇ ਵਿੱਚ ਤਾਂ ਪੈਸੇ ਕਮਾਉਣੇ ਪੈਸੇ ਦਾ ਕਮਾਲ ਹੈ ਫਿਰ ਤਾਂ ਇੱਕ ਵਧੀਆ ਇਨਸਾਨ ਬਣਨਾ ਵਧੀਆ ਇਨਸਾਨ ਬਣਨ ਲਈ ਤੇਰੇ ਵਿੱਚ ਅਖਲਾਕੀ ਗੁਣ ਹੋਣੇ ਚਾਹੀਦੇ ਆ ਤੇਰੇ ਵਿੱਚ ਐਸੇ ਗੁਣ ਹੋਣੇ ਚਾਹੀਦੇ ਆ ਜਿਹੜੇ ਜਿਹਦੇ ਨਾਲ ਤੂੰ ਵੀ ਸੁਖੀ ਰਹੇ ਤਾਂ ਤੇਰੇ ਆਲੇ ਦੁਆਲੇ ਦੇ ਜਿਹੜਾ ਆ ਉਹ ਵੀ ਸੁਖੀ ਰਹਿਣ ਜੀ ਜੀ ਉਹਨਾਂ ਨੂੰ ਕੋਈ ਦੁੱਖ ਨਾ ਦੇਵੇ ਯਾ ਹੁਣ ਇਹ ਤਦ ਹੋ ਸਕਦਾ ਜੇ ਕਿਸੇ ਗੁਰੂ ਦੀ ਸ਼ਰਨ ਵਿੱਚ ਆਵੇ ਬਿਲਕੁਲ ਬਿਲਕੁਲ ਪੂਰੇ ਗੁਰੂ ਦਾ ਜੇ ਪੱਲਾ ਫੜੇ ਆ ਕੇ ਜਿਹੜਾ ਕਿ ਸਿੱਖ ਧਰਮ ਅਨੁਸਾਰ ਗੁਰਬਾਣੀ ਆ ਯਾ ਜੇ ਗੁਰਬਾਣੀ ਦਾ ਪੱਲਾ ਫੜ ਕੇ ਉਹ ਗੁਰਬਾਣੀ ਨੂੰ ਸਮਝੇ ਤੇ ਗੁਰਬਾਣੀ ਅਨੁਸਾਰ ਆਪਣਾ ਜੀਵਨ ਜੀਵੇ ਤਾਂ ਉਹ ਇੱਕ ਚੰਗਾ ਇਨਸਾਨ ਤੇ ਉਹਨੂੰ ਜਾਣੀ ਕਿ ਪ੍ਰੈਜੈਂਟ ਲਾਈਫ ਵੀ ਵਧੀਆ ਤੇ ਲੋਕ ਵੀ ਵਧੀਆ ਪਰਲੋਕ ਵੀ ਵਧੀਆ ਲੋਕ ਵੀ ਉਹਦੇ ਸਾਰਾ ਕੁਛ ਕਿਉਂਕਿ ਜਦੋਂ ਜਦੋਂ ਆਪਾਂ ਗੱਲ ਕੀਤੀ ਸੀਗੀ ਹੈ ਨਾ ਵੀ ਜਦੋਂ ਨਾਮ ਦੇ ਉੱਤੇ ਗੱਲ ਕੀਤੀ ਸੀ ਵੀ ਚਾਹੇ ਜਿਹੜਾ ਮਰਜ਼ੀ ਚਾਹੇ ਕੋਈ ਐਨੀ ਸੋਰਟ ਆਫ ਰਿਲੀਜਨ ਜਿਹੜੇ ਲੋਕ ਧਰਮਾਂ ਦੇ ਵਿੱਚ ਵਿਸ਼ਵਾਸ ਰੱਖਦੇ ਆ ਉਹ ਕਿਸੇ ਨਾ ਕਿਸੇ ਕਿਸੇ ਨਾ ਕਿਸੇ ਸਿਧਾਂਤ ਦੇ ਉੱਤੇ ਕੰਮ ਜ਼ਰੂਰ ਕਰਨਗੇ ਵੀ ਜਿਹੜੇ ਗੁਰੂ ਮਹਾਰਾਜ ਨੇ ਉਹ ਨਾਮ ਜਪਣ ਦੇ ਨਾ ਦਿੱਤੇ ਹੀ ਤਰੀਕੇ ਵੀ ਜਿਹੜੇ ਸਮਝਾਇਓ ਆ ਵੀ ਨਾਮ ਨਿਰੰਜਨ ਨਾਲ ਹੈ ਕਿ ਵਪਾਈਏ ਭਾਈ ਨਾਮ ਨਿਰੰਜਨ ਵਰਤਦਾ ਰਵਿਆ ਸਵਠਾਈ ਨਾਮ ਨਿਰੰਜਨ ਲੱਖ ਹੈ ਕਿਉਂ ਲੱਖਿਆ ਜਾਈ ਉਹ ਸਾਰੇ ਕੁਐਸਚਨ ਕਲੀਅਰ ਕੀਤੇ ਹੋ ਆ ਉਸ ਸ਼ਬਦ ਦੇ ਵਿੱਚ ਵੀ ਚਾਹੇ ਕੋਈ ਇਨਸਾਨ ਵੀ ਆ ਜਿਹੜਾ ਰੱਬ ਦੇ ਵਿੱਚ ਵਿਸ਼ਵਾਸ ਰੱਖਦਾ ਉਹ ਇਹਨਾਂ ਤਿੰਨਾਂ ਦੇ ਵਿੱਚੋਂ ਕਿਸੇ ਇੱਕ ਨਿਯਮ ਦੇ ਉੱਤੇ ਜ਼ਰੂਰ ਚੱਲਦਾ ਹਾਂ ਗੱਲ ਇਹ ਆ ਵੀ ਉਹਦੇ ਕੋਲ ਮਟੀਰੀਅਲ ਨਾ ਹੋਣ ਕਰਕੇ ਘਾਟ ਮਾਰ ਜਾਂਦੀ ਆ ਕਿਉਂਕਿ ਉਹਦੇ ਵਿੱਚ ਪ੍ਰੈਕਟਿਸ ਨਹੀਂ ਉਹਦੀ ਪੂਰੀ ਹੋਈ ਪ੍ਰੈਕਟਿਸ ਨਾ ਹੋਣ ਦੇ ਕਾਰਨ ਉਹ ਜਿਹੜਾ ਨਾਮ ਦਾ ਪੱਖ ਆ ਉਹਦੇ ਅੰਦਰ ਕਲੀਅਰ ਨਹੀਂ ਹੋਇਆ ਕਲੀਅਰ ਨਾ ਹੋਣ ਦੇ ਕਾਰਨ ਉਹ ਪਾਗਲ ਹੋ ਗਿਆ ਮਟੀਰੀਅਲ ਦੇ ਵਿੱਚ ਵੀ ਸ਼ਾਇਦ ਮਟੀਰੀਅਲ ਦੇ ਨਾਲੇ ਸੈਟਿਸਫੈਕਸ਼ਨ ਆ ਜਾਣੀ ਹੈ ਹੁਣ ਇੱਕ ਬੱਚੇ ਨੂੰ ਬਚਪਨ ਤੋਂ ਲੈ ਕੇ ਜੀ ਜੀ ਉਹਨੂੰ ਕਾ ਦੁਨੀਆ ਦੇ ਵਿੱਚ ਦੁਨੀਆ ਦੇ ਸਮਾਜ ਦੇ ਵਿੱਚ ਫਾਈਨੈਂਸ਼ੀਅਲੀ ਕਾਮਯਾਬ ਕਰਨ ਲਈ ਉਹਦੇ 20-25 ਸਾਲ ਲੱਗਦੇ ਆ ਜੀ 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 20-25 ਸਾਲ ਉਹਨੂੰ ਪੜ੍ਹਾ ਕੇ ਉਹਨੂੰ ਸਿਖਾ ਲਿਆ ਜਾਂਦਾ ਵੀ ਤੈਂ ਟ੍ਰੇਨਿੰਗ ਕੀਤਾ ਜਾਂਦਾ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਇਹੀ ਟ੍ਰੇਨਿੰਗ ਮਿਲਦੀ ਆ ਵੀ ਕਿੱਦਾਂ ਤੁਸੀਂ ਸਕਸੈਸ ਹੋਣਾ ਕਿੱਦਾਂ ਤੁਸੀਂ ਇਹ ਗੁਣ ਜਿਹੜੇ ਆ ਦੁਨਿਆਵੀ ਜਿਹੜੇ ਪੈਸੇ ਕਮਾਉਣ ਦੇ ਗੁਣ ਆ ਉਹਨਾਂ ਨੂੰ ਕਿੱਦਾਂ ਤੁਸੀਂ ਸਮਝ ਕੇ ਉਹਨਾਂ ਅਨੁਸਾਰ ਫਿਰ ਤੁਸੀਂ ਪੈਸੇ ਕਮਾਉਣੇ ਦੂਸਰੇ ਬੰਨੇ ਜੇ ਜਿਹਨ ਚੰਗਾ ਇਨਸਾਨ ਬਣਾਉਣਾ ਯਾ ਅਤੇ ਜਿਹਨ ਉਹਦਾ ਅੱਗਾ ਸਵਾਰਨਾ ਉੱਧਰ ਨੂੰ ਕਿੰਨਾ ਕੁ ਸਮਾਂ ਦਿੱਤਾ ਜਾਂਦਾ ਉੱਧਰ ਨੂੰ ਜਿੱਦਾਂ ਕਹਿ ਦਈਏ ਕੁਛ ਵੀ ਨਹੀਂ ਉਧਰ ਨੂੰ ਤਾਂ ਉਹਨੇ ਇੰਪੋਰਟੈਂਟ ਨਹੀਂ ਦਿੱਤੀ ਹੁਣ ਇਹੀ ਕਾਰਨ ਆ ਕਿ ਸਮਾਜ ਦੇ ਵਿੱਚ ਸੰਸਾਰ ਦੇ ਵਿੱਚ ਇਹ ਫਰਕ ਆ ਇੰਨੇ ਪਾਪ ਅਤੇ ਤੁਸੀਂ ਇੰਨੇ ਵਿਕਾਰ ਇੰਨੇ ਵਧੇ ਹੋਏ ਆ ਬਿਲਕੁਲ ਉਹ ਇਹੀ ਕਾਰਨ ਆ ਦੇਖੋ ਬੱਚਿਆਂ ਦੇ ਨਾਲ ਮਿਸਬਿਹੇਵ ਜਿਹੜੇ ਇਨਾਸੈਂਟ ਬੱਚੇ ਆ ਉਹਨਾਂ ਨੂੰ ਮਰਡਰਿੰਗ ਅੱਜ ਮੈਂ ਇੱਕ ਨਿਊਜ਼ ਸੁਣਦਾ 28 ਸਾਲ ਦੀ ਉਹਨੂੰ ਜੇਲ੍ਹ ਹੋਈ ਉਹਨੂੰ ਟੀਨੇਜਰ ਬੱਚੇ ਨੂੰ ਮਾਰਿਆ ਸੀ ਪਰ ਟੀਨੇਜ ਬੱਚੇ ਨੇ ਕੀ ਮਾੜਾ ਕਰ ਦਿੱਤਾ ਕਿਸੇ ਦਾ ਉਹਨੂੰ 28 ਸਾਲ ਦੀ ਜੇਲ੍ਹ ਹੋਈ ਇੱਕ ਸੋ ਇਸ ਤਰੀਕੇ ਨਾਲ ਜਦੋਂ ਤੁਸੀਂ ਇਹ ਕ੍ਰਾਈਮ ਸੀਨਸ ਦੇਖਦੇ ਆ ਇਟਸ ਟੋਟਲੀ ਡਿਫਰੈਂਟ ਲੋਕਾਂ ਦੀ ਸਾਈਕੋਲੋਜੀ ਆ ਜਦੋਂ ਉਹ ਇਸ ਕ੍ਰਾਈਮ 'ਚ ਪੈਂਦੇ ਹੁਣ ਜਿਹੜੇ ਦੇਖੋ ਜਿੰਨੇ ਵੀ ਇਹ ਜਾਣੀ ਕਿ ਵਿਕਾਰੀ ਅਤੇ ਪਾਪੀ ਲੋਕ ਜਿਹੜੇ ਮੁਹਤਾਤ ਵਿੱਚ ਸੰਸਾਰ ਦੇ ਵਿੱਚ ਆ ਹਾਂਜੀ ਹਾਂਜੀ ਇਹਨਾਂ ਨੇ ਜਿਹੜੀ ਕੁਦਰਤ ਨੇ ਤਰ੍ਹਾਂ ਤਰ੍ਹਾਂ ਦੇ ਜੀਵ ਪੈਦਾ ਕੀਤੇ ਸੀ ਜੈ ਉਹ ਖਤਮ ਕਰ ਦਿੱਤੇ ਜੈ ਉਹਨਾਂ ਦੇ ਘਰ ਉਜਾੜ ਸੁੱਟੇ ਜੰਗਲ ਵੱਢ ਸੁੱਟੇ ਸੋਰੀ ਹਾਂਜੀ ਹਾਂਜੀ ਉਹਨਾਂ ਦੇ ਜੰਗਲ ਵੱਢ ਸੁੱਟੇ ਉਹਨਾਂ ਦੇ ਘਰ ਉਜਾੜ ਦਿੱਤੇ ਜੈ ਅਤੇ ਹੁਣ ਇਹ ਰਹਿ ਗਿਆ ਆਪ ਹੁਣ ਕਹਿੰਦੇ ਕਿਹਨੂੰ ਕਰੀਏ ਹੁਣ ਆਪਸ ਵਿੱਚ ਇਹ ਇੱਕ ਦੂਜੇ ਨੂੰ ਮਾਰਨ ਲੱਗੇ ਵਾ ਹਾਂਜੀ ਹੁਣ ਐਸੇ ਹੀ ਸਮੇਂ ਦੇ ਵਿੱਚ ਦੋ ਤਿੰਨ ਲੜਾਈਆਂ ਤਾਂ ਲੱਗੀਆਂ ਜਾਂ ਡੈਫੀਨੇਟਲੀ ਹਾਂਜੀ ਆਹੋ ਵੀ ਯੂਕਰੇਨ ਰੱਖ ਲਓ ਜਾਂ ਉੱਧਰ ਇਜ਼ਰਾਈਲ ਦੀ ਰੱਖ ਲਓ ਜਾਂ ਹੋਰ
जिहड़ियां घरेलू लड़ाइयां उह तां चली रहियां लगातार ते उहदे विच इह सिर्फ मनुख मनुखां नहीं मार रहे आ मार रहे आ इस करके मार रहे आ कि ਬਈ ਮੈਂ ਤੇਰੇ ਕੋਲ ਜਿੱਥੇ ਤੂੰ ਰਹਿੰਦਾ ਆ ਇਹ ਮੈਂ ਸਾਂਭ ਲੈਣਾ ਤੇ ਮੈਨੂੰ ਦੇ ਦੇ ਮੈਂ ਤੈਨੂੰ ਮਾਰ ਦੇਣਾ ਉਹ ਭਈ ਇਹ ਇੱਕ ਘਰੇਲੂ ਘਰਾਂ ਦੇ ਵਿੱਚ ਵੀ ਤਾਂ ਇਹੀ ਸਾਈਕੋਲੋਜੀ ਆ ਇੱਥੋਂ ਹੀ ਚੱਲਦਾ ਸਾਰਾ ਕੁਛ ਭਈ ਉਹ ਘਰਾਂ ਦੇ ਵਿੱਚ ਵੀ ਜਿਹੜੇ ਇੱਦਾਂ ਦੇ ਚੌਧਰੀ ਹੁੰਦੇ ਘਰ ਦੇ ਵਿੱਚ ਉਹ ਇਹ ਕਹਿੰਦੇ ਵੀ ਆਪਣੇ ਭੈਣਾਂ ਭਰਾਵਾਂ ਦਾ ਕਿੱਦਾਂ ਖਾਣਾ ਮੈਂ ਉਹਨਾਂ ਨੂੰ ਮਾਰਨ ਦੀ ਤੱਕ ਵੀ ਚੱਲ ਜਾਂਦੇ ਆ ਮਾਰ ਵੀ ਦਿੰਦਾ ਮਾਰ ਦਿੰਦੇ ਸੋ ਉਹੋ ਹੀ ਬਿਰਤੀ ਜਦੋਂ ਰਾਜ ਦੀ ਚੇਰ ਤੇ ਵਹਿ ਜਾਂਦੀ ਆ ਉਹ ਦੇਸ਼ ਨੂੰ ਇਦਾਂ ਦਾ ਬਣਾਉਣ ਦਾ ਸੋ ਜਿਹੜੀ ਗੁਰਮਤਿ ਦੀ ਜਿਹੜੀ ਹੈ ਨਾ ਸਿੱਖਿਆ ਹਾਲਾਂਕਿ ਦੇਖੋ ਜੇ ਦੇਖਿਆ ਜਾਵੇ ਇਹ ਧਰਤੀ ਜਿਹੜੀ ਉਹਨਾਂ ਦੀ ਨਹੀਂ ਹੈ ਨਾ ਇਹ ਤਸਕਰ ਬੈਠੇ ਆਏ ਆ ਇੱਥੇ ਹਾਂ ਇਹ ਧਰਤੀ ਤਾਂ ਰੱਬ ਦੀ ਆ ਜੀ ਬੁਨਿਆਦੀ ਤੌਰ ਤੇ ਜੀ ਰੱਬ ਨੇ ਤੁਹਾਨੂੰ ਪਾਣੀ ਦਿੱਤਾ ਹਵਾ ਦਿੱਤੀ ਰਹਿਣ ਵਾਸਤੇ ਧਰਤੀ ਦਿੱਤੀ ਜੀ ਤੇ ਤੁਸੀਂ ਇੱਥੇ ਰਲ ਮਿਲ ਕੇ ਰਹੋ ਸਾਰੇ ਰਿਸੋਰਸ ਦਿੱਤੇ ਆ ਵੀ ਤੁਸੀਂ ਕਿਉਂ ਨਹੀਂ ਰਲ ਮਿਲ ਕੇ ਰਹਿੰਦੇ ਇੱਕ ਪਰਿਵਾਰ ਦੀ ਤੁਸੀਂ ਇੱਕ ਦੂਜੇ ਨੂੰ ਮਾਰਨ ਲੱਗੇ ਹੋ ਜੈ ਬਸ ਉਹ ਹਮੇ ਜਿਹੜੀ ਆ ਜਿੱਦਾਂ ਕਹਿ ਦਈਏ ਬਾਂਸ ਨਹੀਂ ਹੁੰਦੇ ਬਾਂਸ ਜੰਗਲ ਦੇ ਵਿੱਚ ਹੋਣ ਤਾਂ ਉਹਨਾਂ ਨੂੰ ਅੱਗ ਲਾਉਣ ਦੀ ਲੋੜ ਨਹੀਂ ਉਹ ਆਪਸ ਵਿੱਚ ਖਹਿ ਖਹਿ ਕੇ ਆਪੇ ਹੀ ਉਹਨਾਂ ਨੂੰ ਅੱਗ ਲੱਗ ਜਾਂਦੀ ਆ ਇਸੇ ਤਰੀਕੇ ਨਾਲ ਜਿਹੜੀ ਹਾਲਤ ਇਨਸਾਨ ਦੀ ਆ ਇਹ ਜਿੱਦਾਂ ਹਮੇ ਦੇ ਵਿੱਚ ਬਾਂਸ ਬਣੇ ਬੈਠੇ ਆ ਇੱਕ ਦੂਜੇ ਨਾਲ ਖਹਿ ਜਾਂਦੇ ਆ ਬਾਅਦ 'ਚ ਫਿਰ ਲੜਾਈ ਸ਼ੁਰੂ ਹੋ ਜਾਂਦੀ ਆ ਬਾਅਦ 'ਚ ਫਿਰ ਕਤਲ ਹੋ ਜਾਂਦੇ ਆ ਸੋ ਇਸ ਕਰਕੇ ਜਿਹੜੀ ਇਹ ਜਿਹੜਾ ਅਕੜਾਂਦ ਆ ਇਨਸਾਨ ਦੇ ਮਨ ਦੇ ਸੁਭਾਅ ਦੇ ਵਿੱਚ ਉਹ ਸਾਰੀ ਦੀ ਸਾਰੀ ਹੈਗੀ ਆ ਹਉਮੈ ਦੀ ਹਉਮੈ ਕਰਕੇ ਇਹ ਸੈਰ ਜਿਹੜਾ ਆ ਇੱਦਾਂ ਨਹੀਂ ਝੁਕਾਉਂਦਾ ਭਾਵ ਗੁਣਾਂ ਵੱਲ ਨੂੰ ਨਹੀਂ ਜਾਂਦਾ ਇਹ ਬੜਾ ਕੁਛ ਆ ਇਹਦੇ ਬੰਧ ਵਿੱਚ ਜਿੰਨੇ ਜਿੰਨੇ ਹੈਗੇ ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹ ਬੜੇ ਭਾਰੂ ਆ ਬਸ ਉਹਨਾਂ ਨੇ ਇਹਦਾ ਸਹਿਰ ਐਨ ਹੈ ਨਾ ਜਿੱਦਾਂ ਕੀਲਾ ਕੱਢਿਆ ਹੋਇਆ ਸਹਿਰ 'ਚ ਹਾਂ ਉਹਨਾਂ ਦੇ ਅਸਰ ਵਿੱਚ ਇਹ ਕਿਉਂਕਿ ਉਹਨਾਂ ਦੇ ਵਿੱਚੋਂ ਤਾਂ ਪਾਪ ਨਿਕਲਣੇ ਆ ਪਾਪ ਨਿਕਲਦੇ ਆ ਪਾਪ ਪਾਪ ਕਰਮ ਕਰਦੇ ਆ ਜੈ ਜੈ ਕਿਉਂਕਿ ਪਾਪੀ ਨੂੰ ਮਾਰਨ ਦੇ ਲਈ ਉਹਦੇ ਪਾਪ ਹੀ ਕਾਫੀ ਹੁੰਦੇ ਆ ਇਸੇ ਤਰੀਕੇ ਨਾਲ ਇਨਸਾਨ ਦਾ ਜਿਹੜਾ ਅਬਿਊਜ਼ਿੰਗ ਅਗਰੈਸਿਵ ਇਹ ਨੇਚਰ ਹੁੰਦੀ ਆ ਉਹਦੇ ਆਪਣੇ ਜੀਵਨ ਨੂੰ ਨਸ਼ਟ ਕਰਨ ਦੇ ਲਈ ਉਹੀ ਚੀਜ਼ਾਂ ਬਹੁਤ ਹੁੰਦੀਆਂ ਸੋ ਇਹ ਇੰਪੋਰਟੈਂਟ ਗੱਲ ਜਿਹੜੀ ਗੁਰੂ ਮਹਾਰਾਜ ਨੇ ਇਹ ਡੈਫਥ ਵਿੱਚ ਜਾ ਕੇ ਜਿਹੜੀ ਕਹੀ ਆ ਵੀ ਜਿਹੜੀ ਮੰਗ ਮੰਗਣੀ ਆ ਉਹ ਇਹ ਹੀ ਆ ਵੀ ਮਨ ਦੇ ਵਿੱਚ ਪੇਸ਼ੈਂਟ ਮਨ ਦੇ ਵਿੱਚ ਸੰਤੋਖ ਮਨ ਦੇ ਵਿੱਚ ਜਿਹੜੀ ਅੱਗ ਦੀ ਤ੍ਰਿਸ਼ਨਾ ਆ ਬਣੀ ਉਹ ਇਹ ਮਟੀਰੀਅਲ ਦੀ ਜਾਂ ਹੋਰ ਬਾਕੀ ਖਿਆਲਾਂ ਦੀ ਵੀ ਮੇਰਾ ਉਹ ਵੀ ਡਿਜ਼ਾਇਰ ਪੂਰਾ ਹੋ ਜਾਵੇ ਡਿਜ਼ਾਇਰ ਓਨੇ ਕੁ ਵਧਾਉਣੇ ਚਾਹੀਦੇ ਆ ਜਿੰਨੇ ਕੁ ਸਾਡੀ ਕੈਪੇਬਿਲਿਟੀ ਆ ਜਿੰਨਿਆਂ ਨੂੰ ਅਸੀਂ ਹੈਂਡਲ ਕਰ ਸਕਦੇ ਹਾਂ ਜੇ ਡਿਜ਼ਾਇਰ ਸਾਡੇ ਓਵਰ ਹੋ ਗਿਆ ਤਾਂ ਸਾਡਾ ਜੀਵਨ ਨਸ਼ਟ ਹੋ ਗਿਆ ਫਿਰ ਸਾਡੀ ਕੌਨਸ਼ੀਅਸਲੀ ਮੌਤ ਹੁੰਦੀ ਆ ਫਿਰ ਸਾਡੀ ਆਤਮਿਕ ਤੌਰ 'ਤੇ ਅਸੀਂ ਮਰ ਜਾਂਦੇ ਹਾਂ ਆਤਮਿਕ ਤੌਰ ਦੇ ਉੱਤੇ ਸੁਰਜੀਤ ਹੋਣ ਦੇ ਲਈ ਇਹ ਜ਼ਰੂਰੀ ਆ ਗੁਰੂ ਸ਼ਬਦ ਦਾ ਜਿਹੜਾ ਨਾਮ ਜਲਿਆ ਇਹ ਛਕਿਆ ਜਾਵੇ ਭਾਵ ਗੁਰੂ ਦੀ ਸੰਗਤ ਕੀਤੀ ਜਾਵੇ ਜਿਹੜਾ ਗੁਰੂ ਕਬੀਰ ਜੀ ਦਾ ਸੀ ਜਿਹੜਾ ਗੁਰੂ ਧੰਨ ਗੁਰੂ ਨਾਨਕ ਪਿਤਾ ਦੀ ਉਹ ਸਾਰਿਆਂ ਦਾ ਇੱਕੋ ਹੀ ਗੁਰੂ ਆ ਜਿਹੜਾ ਸਾਡੀ ਝੋਲੀ 'ਚੋਂ ਪਾ ਰਹੇ ਆ ਵੀ ਜੇ ਉਸ ਗੁਰੂ ਦੀ ਸੰਗਤ ਕਰਾਂਗੇ ਤਾਂ ਫਿਰ ਜਾ ਕੇ ਜੀਵਨ ਦੇ ਵਿੱਚੋਂ ਜਿਹੜਾ ਹਨੇਰਾ ਆ ਉਹ ਦੂਰ ਹੋਊਗਾ ਅਗਿਆਨਤਾ ਦਾ ਤਸਵ ਦਾ ਚੋਰ ਬਜ਼ਾਰੀ ਦਾ ਇਹ ਫਿਰ ਕਲੈਰਿਟੀ 'ਚ ਆਊਗਾ ਜਿੱਦਾਂ ਹੁਣ ਗੁਰੂ ਮਹਾਰਾਜ ਨੇ ਜਪ ਬਾਣੀ ਦੇ ਵਿੱਚ ਜਿਹੜੀ ਪੰਚ ਦੀ ਪੌੜੀ ਦਿੱਤੀ ਆ ਉਹਦੇ ਮੁਤਾਬਕ ਦੇਖਿਆ ਜਾਵੇ ਪੰਚ ਪ੍ਰਧਾਨ ਪੰਚ ਪ੍ਰਵਾਨ ਪੰਚੇ ਪਾਵੇ ਦਰਗਾਹ ਮਾਨ ਪੰਚ ਹੈ ਸੋਹੇ ਦਰ ਰਾਜਨ ਉਹਨਾਂ ਨੇ ਪਰਿਵਾਰ ਤੋਂ ਲੈ ਕੇ ਦੇਸ਼ ਤੱਕ ਜਾਂ ਸਾਰੀ ਧਰਤੀ ਤੱਕ ਸਾਰਾ ਨਕਸ਼ਾ ਕਲੀਅਰ ਕਰਤਾ ਵੀ ਜੇ ਇਹੋ ਜਿਹੇ ਲੋਕ ਇਹਨਾਂ ਪ੍ਰਬੰਧਾਂ ਦੇ ਵਿੱਚ ਜਾਣਗੇ ਤਾਂ ਉਹ ਦੁਨੀਆ ਨੂੰ ਰਿਐਲਿਟੀ ਦੇ ਵਿੱਚ ਸਹੀ ਤਰ੍ਹਾਂ ਜਿਹੜਾ ਰਿਸੋਰਸਿਸ ਆ ਉਹਦਾ ਪ੍ਰੋਵਾਈਡ ਕਰਨਗੇ ਅਤੇ ਉਹ ਲੋਕ ਕਲਿਆਣ ਦੇ ਲਈ ਕੰਮ ਕਰਨਗੇ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਾਹ ਮਾਨ ਪੰਚ ਹੈ ਸੋਹੈ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਭਾਵ ਉਹ ਕਿਸੇ ਕਲਚਰ ਦੇ ਵਿੱਚੋਂ ਵੀ ਆਏ ਹੋਣਗੇ ਉਹਨਾਂ ਦਾ ਇੱਕੋ ਹੀ ਗੁਰੂ ਹੋਣਾ ਵੀ ਅਸੀਂ ਆਪਣੇ ਜੀਵਨ ਨੂੰ ਆਤਮਿਕ ਤੌਰ 'ਤੇ ਸੁਰਜੀਤ ਕਿੱਦਾਂ ਰੱਖਣਾ ਅਤੇ ਦੂਜਿਆਂ ਦੇ ਜੀਵਨ ਨੂੰ ਸੁਰਜੀਤ ਕਰਨ ਦੇ ਲਈ ਕਿਸ ਤਰੀਕੇ ਨਾਲ ਉਹਨਾਂ ਨੂੰ ਗਾਈਡਲਾਈਨ ਦੇਣੀ ਉਹ ਦੇਖੋ ਧਰਮ ਤਾਂ ਇੱਕੋ ਹੀ ਆ ਉਹ ਤਾਂ ਹੈਗਾ ਸੱਚ ਧਰਮ ਜੀ 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 ਇੱਕੋ ਧਰਮ ਦ੍ਰਿੜੇ ਸੱਚ ਕੋ ਪੂਰੇ ਭਾਗ ਪ੍ਰਾਪਤ ਹੋਈ ਜੀ ਉਹ ਹੁਣ ਜਿਹੜਾ ਇੱਕ ਧਰਮ ਆ ਸੱਚ ਧਰਮ ਆ ਜੀ ਉਹ ਦੋ ਤਾਂ ਸੱਚ ਹੋ ਨਹੀਂ ਸਕਦਾ ਸੱਚ ਇੱਕੋ ਹੀ ਹੋਣਾ ਸੱਚ ਇੱਕੋ ਹੀ ਹੋਣਾ ਜੀ ਜੀ ਅੱਛਾ ਮੈਂ ਸਾਨੂੰ ਦੱਸ ਰਿਹਾ ਵੀ ਜਨਮ ਮਰਨ ਭੈ ਕੱਟੀਏ ਜਨਮ ਤੋਂ ਲੈ ਕੇ ਮਰਨ ਤੱਕ ਦੇ ਉਹਦੇ ਭੈ ਜਿਹੜੇ ਆ ਉਹਦੇ ਡਰ ਜਿਹੜੇ ਆ ਉਹ ਕੱਟੇ ਜਾਂਦੇ ਮਨ ਦਾ ਜੰਮਣ ਮਰਨ ਖਤਮ ਹੋ ਜਾਂਦਾ ਹਾਂ ਸਿੱਧੀ ਗੱਲ ਤੇ ਨਿਚਲ ਸੱਚ ਥਾਓ
ਉਹਨੂੰ ਇੱਕ ਸਦਾ ਥਿਰ ਟਿਕਾਣਾ ਮਿਲ ਜਾਂਦਾ। ਜੀ 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 ਹੁਣ ਦੇਖੋ ਇਹ ਪ੍ਰਾਪਤੀਆਂ ਆ ਨਾਮ ਸਿਮਰਨ ਦੀਆਂ, ਨਾਮ ਨੂੰ ਦ੍ਰਿੜ ਕਰਨ ਦੀਆਂ, ਨਾਮ ਨੂੰ ਹਿਰਦੇ 'ਚ ਧਾਰਨ ਕਰਨ ਦੀਆਂ, ਵੀ ਜੇ ਨਾਮ ਹਿਰਦੇ 'ਚ ਆਜੂਗਾ ਤਾਂ ਭਾਈ ਇੱਦਾਂ ਗੱਲ ਬਣ ਜਾਣੀ, ਇੱਦਾਂ ਗੱਲ ਬਣ। ਹਾਂ ਭਿਆ ਦਾਤ ਆ ਉਹਦੀਆਂ ਜਿਹੜੀ ਬਖਸ਼ਿਸ਼ ਹੁੰਦੀ ਹੈ। ਹਾਂ ਸ਼ਾਇਦ ਗਾਹ ਆਪਾਂ ਹੁਣ ਚੱਲਦੇ ਹਾਂ, ਕਿਉਂਕਿ ਗੁਰੂ ਮਹਾਰਾਜ ਨੇ ਹੋਰ ਵੀ ਮੈਂ ਗੱਲ ਕਰਦਾ ਸੀਗਾ ਵੀ ਜਿਹੜੀ ਨਾਮ ਦੀ ਪ੍ਰਾਪਤੀ ਆ ਜਦੋਂ ਸੁਣਨ ਦੀ ਮਹਾਨਤਾ ਦੱਸਦੇ ਆ ਉੱਥੇ 68 ਦਾ ਇਸ਼ਨਾਨ ਸੁਣੀਏ ਪੜ ਪੜ ਪਾਵੈ ਮਾਨ ਸੁਣੇ ਲਾਗੇ ਸਹਿਜ ਧਿਆਨ ਆਹ ਸਾਰੀਆਂ ਪ੍ਰਾਪਤੀਆਂ ਹੀ ਆ ਪ੍ਰਾਪਤੀਆਂ। ਸੋ ਜਦੋਂ ਨਾਮ ਦੀ ਪ੍ਰਾਪਤੀ ਇਸ ਤਰੀਕੇ ਨਾਲ ਆਪਣੇ ਆਪੇ ਨੂੰ ਅਵੇਅਰਨੈਸ ਦਿੱਤੀ ਜਾਊਗੀ ਤਾਂ ਜਾ ਕੇ ਇਹਨੂੰ ਇੱਧਰ ਨੂੰ ਲਾਲਚ ਦਿਸਣਾ ਵੀ ਆਹ ਗੁਣ ਜ਼ਰੂਰੀ ਆ ਵੀ ਜਿਹਦੇ ਨਾਲ ਜਿਹੜਾ ਮੇਰਾ ਓਬਜੈਕਟ ਆ ਮੈਨੂੰ ਵਰਤਣਾ ਤਾਂ ਆਜੂਗਾ। ਹੁਣ ਤਾਂ ਮੈਨੂੰ ਓਬਜੈਕਟ ਨੇ ਮਾਰਿਆ ਪਿਆ ਮੇਰੇ ਨੇ, ਜਿੰਨਾ ਕੁ ਬਣਾਇਆ ਆ ਉਹਨੂੰ ਨਹੀਂ ਸਹੀ ਤਰੀਕੇ ਨਾਲ ਯੂਜ਼ ਕਰਨਾ ਆਉਂਦਾ ਤਾਂ ਬਾਕੀ ਹੋਰ ਕੀ ਕਰਨਾ। ਬਿਲਕੁਲ, ਕਿਉਂਕਿ ਜਿਹੜੀ ਮੈਨੇਜਮੈਂਟ ਆ ਮਿਸਮੈਨੇਜਮੈਂਟ ਤਾਂ ਮੈਨੇਜਮੈਂਟ ਇਹ ਦੋਹਾਂ ਦੇ ਵਿੱਚ ਅੰਤਰ ਹੋ ਜਾਂਦਾ, ਕਿਉਂਕਿ ਜੇ ਆਪਾਂ ਆਪਣੇ ਹਿਰਦੇ ਅੰਦਰ ਝਾਤ ਮਾਰ ਗਏ ਆ ਨਾ ਸਾਡੇ ਹਿਰਦੇ ਅੰਦਰ ਇੱਕ ਜਿੱਦਾਂ ਵੱਡਾ ਬਹੁਤ ਵੱਡਾ ਕਾਰਖਾਨਾ ਆ ਚੱਲਦਾ ਵੀ ਇਹਦੇ ਵਿੱਚ ਬੜਾ ਤਰ੍ਹਾਂ ਦਾ ਕੈਮੀਕਲ ਬਣਦਾ ਕਾਮ ਦਾ ਕ੍ਰੋਧ ਦਾ ਲੋਭ ਦਾ ਮੋਹ ਦਾ ਹੰਕਾਰ ਦਾ। ਹੁਣ ਇਹਨਾਂ ਸਾਰਿਆਂ ਦਾ ਜਿਹੜਾ ਮੈਨੇਜਰ ਆ ਉਹ ਮਨ ਆ, ਹੁਣ ਮਨ ਜੇ ਅੰਨਾ ਆ ਤਾਂ ਉਹਨੇ ਸਾਰੇ ਆਊਟ ਆਫ ਆਰਡਰ ਕਰ ਦੇਣੇ ਆ। ਮਿਸਮੈਨੇਜਮੈਂਟ, ਅੱਖਾਂ ਨੇ ਸਹੀ ਦੇਖਣਾ ਨਹੀਂ ਗਾ, ਕੰਨਾਂ ਨੇ ਸਹੀ ਸੁਣਨਾ ਨਹੀਂ ਗਾ, ਜ਼ਬਾਨ ਨੇ ਸਹੀ ਬੋਲਣਾ ਨਹੀਂ ਗਾ, ਮਤਲਬ ਜਿਹੜਾ ਮਨ ਅੰਨਾ ਆ। ਹੁਣ ਮਨ ਕਾ ਮੈਲਾ ਅੰਧ ਕਮਾਵੇ, ਭਾਵ ਮਨ ਮੈਲਾ ਸਭ ਕੁਛ ਮੈਲਾ, ਤਨ ਧੋਤਾ ਮਨ ਅੱਛਾ ਨਾ ਹੋਵੇ। ਸੋ ਜੇ ਇਹ ਮਨ ਆਪਣਾ ਅੰਨਾਪਣ ਦੂਰ ਕਰ ਲਵੇ ਕਿੱਦਾਂ, ਇੱਕ ਗੁਰੂ ਦੇ ਆਸ਼ੇ ਅਨੁਸਾਰ ਕੰਮ ਕਰਕੇ। ਹੁਣ ਗੁਰੂ ਦੀਆਂ ਨੇ ਸਿੱਖਿਆ ਲਈ ਮਨ ਦੇ ਵਿੱਚ ਵਿਵੇਕ ਆਇਆ, ਮਨ ਸਹੀ ਤਰੀਕੇ ਨਾਲ ਮੈਨੇਜ ਕਰਨ ਲੱਗ ਪਿਆ, ਇਹਨੇ ਕਾਮ ਦੀ ਕ੍ਰੋਧ ਦੀ ਲੋਭ ਦੀ ਮੋਹ ਦੀ ਅਹੰਕਾਰ ਦੀ ਉਹ ਜਿਹੜੀਆਂ ਵਾਇਸਿਸ ਡਰਾਈਵ ਸੀਗੀਆਂ ਉਹਨਾਂ ਸਾਰੀਆਂ ਨੂੰ ਔਰਡਰ ਟੂ ਔਰਡਰ ਕਰ ਦਿੱਤਾ ਵੀ ਤੁਹਾਡਾ ਕਾਰਜ ਕਿੱਥੇ ਤੱਕ ਰਿਹਾ, ਉਹ ਤੋਂ ਗਾਹਾਂ ਨਹੀਂ ਤੁਸੀਂ ਆ ਸਕਦੇ। ਇਸੇ ਤਰੀਕੇ ਨਾਲ ਇਹਦਾ ਗਰੀਡ ਜਿਹੜਾ ਆ ਉਹ ਕੰਟਰੋਲ ਹੋ ਗਿਆ ਵੀ ਮੈਨੂੰ ਪਤਾ ਮੈਂ ਗਰੀਡ ਕਿੰਨਾ ਕਰਨਾ, ਆਤਮਕ ਗੁਣਾਂ ਜਿੰਨਾ ਮਰਜ਼ੀ ਕਰੀ ਜਾ ਇੱਧਰ ਫਾਇਦਾ ਫਾਇਦਾ, ਇੱਧਰ ਗਰੀਡ ਕੀਤਾ ਇੱਧਰ ਨੂੰ ਆਤਮਕ ਮੌਤ 'ਤੇ ਮਾਰ ਦੇਣਾ, ਕਿਉਂਕਿ ਇਹ ਸਮਾਨ ਆ ਜਿਹੜਾ ਆਤਮਕ ਮੌਤ 'ਤੇ ਸਾਨੂੰ ਮਾਰਦਾ ਆ, ਮਤਲਬ ਸਾਨੂੰ ਕੌਨਸ਼ੀਅਸਲੀ ਮਾਰ ਦਿੰਦਾ। ਜਦੋਂ ਗਰੀਡ ਸਾਡੇ ਅੰਦਰ ਜ਼ਿਆਦਾ ਭਰ ਜਾਂਦਾ ਅਸੀਂ ਰਿਸ਼ਤਿਆਂ ਦੀ ਪਰਵਾਹ ਨਹੀਂ ਕਰਦੇ, ਚਾਹੇ ਉਹ ਸਾਡੇ ਭੈਣ ਆ ਭਰਾ ਆ ਸਾਰਿਆਂ ਦਾ ਲਹੂ ਪੀਣ ਦੀ ਗੱਲ ਕਰਦੇ ਹਾਂ ਵੀ ਮੇਰੀ ਚੌਧਰ ਹੋਵੇ। ਸੋ ਇਸੇ ਤਰੀਕੇ ਨਾਲ ਜਿਹੜਾ ਇਹ ਮਨ ਆ ਇਹ ਆ ਇੱਕ ਬਹੁਤ ਵੱਡੀ ਪਿੱਛੇ ਫੈਕਟਰੀ ਚਲਾ ਰਿਹਾ ਇਹ ਬਾਡੀ ਦੀ, ਵੀ ਇਹ ਮਨ ਦਾ ਸਜਾਖਾ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਗੁਰੂ ਮਹਾਰਾਜ ਕਹਿੰਦੇ ਅੰਧਾ ਹੋਏ ਸੋ ਅੰਧਾ, ਅੰਧੇ ਕੋਰਾ ਦੱਸੀਏ ਅੰਧਾ ਹੋਏ ਸਜਾਏ, ਹੋਏ ਸਜਾਖਾ ਨਾਨਕਾ ਸੋ ਕਿਉਂ ਉਜੜ ਪਾਏ। ਵੀ ਜਿਹੜੇ ਖਸਮੋਂ ਖੁੱਥੇ ਜਾਏ ਆ ਅਸਲੀਅਤ ਵਿੱਚ ਕਹਿੰਦੇ ਇੰਨੇ ਉਹ ਆ ਜਿਹੜੇ ਆਪਣੇ ਰੀਅਲ ਖਸਮ ਨੂੰ ਭੁੱਲ ਜਾਂਦੇ ਆ। ਸਾਡਾ ਮਨੁੱਖਾ ਜੀਵਨ ਦੇ ਵਿੱਚ ਜਿਹੜਾ ਰੀਅਲ ਖਸਮ ਆ ਉਹ ਨਾਮ ਆ, ਨਾਮ ਜਿਹੜਾ ਆ ਪਰਿਪੂਰਨ ਆ, ਉਹਦੀਆਂ ਅਸੀਂ ਜਿਹੜੀਆਂ ਕੁਆਲਿਟੀਆਂ ਪਹਿਲਾਂ ਆਪਾਂ ਗੱਲ ਕਰਦੇ ਆ ਰਹੇ ਹਾਂ ਵੀ ਨਾਮ ਕਿਧਾਰੇ ਸਗਲੇ ਜੰਤ, ਨਾਮ ਕਿਧਾਰੇ ਖੰਡ ਬ੍ਰਹਿਮੰਡ ਪਿਓ, ਆਹ ਉਹ ਕੰਮ ਕਰ ਰਿਹਾ ਇੱਦਾਂ ਦੇ, ਤਾਂ ਜਿਹੜੇ ਉਹਦੇ ਸੁਭਾਅ ਦੇ ਵਿੱਚ ਜਿਹੜਾ ਸਾਡੇ ਪਰਿਵਰਤਨ ਆਉਂਦਾ ਵੀ ਸੁਣਿਆ ਲਾਗੈ ਸਹਿਜ ਧਿਆਨ ਸੁਣਿਆ ਪੜ ਪੜ ਪਾਵੇ ਮਾਨ, ਉਹ ਸਾਰੀਆਂ ਗੱਲਾਂ ਸਾਨੂੰ ਇਹ ਸੁਣਨ ਦੀਆਂ ਜਾਂ ਮੰਨਣ ਦੀਆਂ ਪੌੜੀਆਂ ਪੜ੍ਹ ਲਈਏ ਤਾਂ ਉਹਦੇ ਵਿੱਚੋਂ ਪਤਾ ਲੱਗ ਜਾਂਦੀਆਂ ਵੀ ਕਿਹੜੇ ਕਿਹੜੀਆਂ ਗੁਣ ਜਿਹੜੇ ਨਾਮ ਜਪਣ ਦੇ ਨਾਲ ਸਾਡੇ ਜੀਵਨ 'ਚ ਆਉਂਦੇ ਆ। ਸੋ ਇਸ ਤਰੀਕੇ ਨਾਲ ਮਨ ਜਦੋਂ ਸਜਾਖਾ ਹੋ ਜਾਂਦਾ ਇਹ ਫਿਰ ਰਿਐਲਿਟੀ ਦੇ ਵਿੱਚ ਮੈਨੇਜ ਕਰਨਾ ਸਿੱਖ ਜਾਂਦਾ ਵੀ ਆਪਣੀ ਜ਼ਿੰਦਗੀ ਨੂੰ ਮੈਂ ਮੈਨੇਜ ਕਿੱਦਾਂ ਕਰਨਾ। ਹੁਣ ਜਿਹੜੀ ਮਿਸਮੈਨੇਜਮੈਂਟ ਸੀ ਉਹਨੇ ਪ੍ਰੋਫਿਟ ਵੀ ਘਟਾਤਾ ਸੀ ਕੰਪਨੀ ਦਾ, ਸਾਰੇ ਵਰਕਰ ਵੀ ਦੁਖੀ ਕਰ ਦਿੱਤੇ ਸੀ, ਮਤਲਬ ਅੱਖ ਕੰਨ ਨੱਕ ਜੀਭ ਇਹ ਵੀ ਮਤਲਬ ਦੁਖੀ ਹੋ ਗਿਆ ਅਤੇ ਅੰਦਰੋਂ ਡਰਾਈਵਾਂ ਵੀ ਐਨ ਖਤਮ ਹੋ ਗਈਆਂ ਅਤੇ ਪ੍ਰੋਫਿਟ ਵੀ ਕੋਈ ਨਾ ਆਵੇ, ਅੰਦਰ ਵੀ ਅੱਗ ਲੱਗ ਗਈ। ਅਤੇ ਹੁਣ ਜਦੋਂ ਮੈਨੇਜਰ ਸਹੀ ਤਰੀਕੇ ਨਾਲ ਅਗਵਾਈ ਲੈ ਲਈ ਗੁਰੂ ਦੀ ਅਤੇ ਹੁਣ ਇਹਨੇ ਉਹ ਡਰਾਈਵਸ ਨੂੰ ਵੀ ਸ਼ਾਂਤ ਕਰ ਲਿਆ ਅਤੇ ਇਹਨੇ ਆਪਣੇ ਅੰਦਰ ਜਿਹੜੀ ਅੱਗ ਲੱਗੀ ਸੀ ਉਹਨੂੰ ਵੀ ਠੰਡਾ ਕਰ ਲਿਆ। ਹੁਣ ਇਹਦੇ ਜਿਹੜੇ 5 ਸੈਂਸਿਸ ਆ ਉਹ ਵੀ ਐਨ ਐਕੋਰੇਟ ਹੋ ਗਿਆ, ਮਤਲਬ ਸਹੀ ਤਰੀਕੇ ਨਾਲ ਕਾਰਜ ਕਰਨ ਲੱਗ ਪਿਆ। ਸੋ ਨਾਮ ਜਪਣ ਦੇ ਨਾਲ ਹੀ, ਨਾਮ ਹੀ ਇੱਕ ਸਾਧਨ ਆ ਜਿਹਦੇ ਨਾਲ ਸਾਨੂੰ ਆਪਣੀ ਰੀਅਲ ਤਸਵੀਰ ਦਿਸਦੀ ਹੈ, ਕਿਉਂਕਿ ਨਾਮ ਦੇ ਐਨ ਜਿੱਦਾਂ ਉਹਦੇ ਵਰਗੀ ਕਾਪੀ ਸਾਡਾ ਮਨ ਆ। ਸੋ ਮਨ ਨੂੰ ਜਿਹੜਾ ਜੋਤ ਸਰੂਪ ਬਣਾਉਣਾ ਇਹ ਸਾਡਾ ਜ਼ਿੰਦਗੀ ਦਾ ਪਰਪਸ ਹੈ। ਅੱਛਾ ਇਹ ਤਾਂ ਆਪਾਂ ਗਾਹ ਚੱਲਦੇ ਹਾਂ ਜੀ। ਗੁਰੂ ਅਰਜਨ ਦੇਵ ਜੀ ਦਾ ਜੈਤ ਸ੍ਰੀ ਰਾਗ ਦੇ ਵਿੱਚ ਇੱਕ ਹੋਰ ਬਚਨ ਆ ਜੀ ਜੀ ਕਿ ਹਰ ਬਿਨ ਕਛੂ ਨਾ ਲੱਗ ਗਈ ਭਗਤਨ ਕੋ ਮੀਠਾ।
ਜਿਹੜੇ ਰੱਬ ਦੇ ਪਿਆਰੇ ਆ, ਰੱਬ ਨੂੰ ਪਿਆਰ ਕਰਨ ਵਾਲੇ ਆ, ਉਹਦੀ ਭਗਤੀ ਕਰਨ ਵਾਲੇ ਆ, ਨਾਮ ਜਪਣ ਵਾਲੇ ਆ, ਉਹਨਾਂ ਨੂੰ ਕਹਿੰਦੇ ਪਰਮਾਤਮਾ ਦੇ ਨਾਮ ਜਿਹੜਾ ਆ ਉਹ ਮਿੱਠਾ ਲੱਗਦਾ, ਭਾਵ ਪਿਆਰਾ ਲੱਗਦਾ, ਪਿਆਰਾ ਲੱਗਦਾ, ਉਹ ਉਹਨਾਂ ਨੂੰ ਚੰਗਾ ਲੱਗਦਾ। ਕਿਉਂਕਿ ਜਦੋਂ ਆਪਾਂ ਰੀਅਲ ਪਿਆਰ ਦੇ ਵਿੱਚ ਗੱਲ ਕਰਦੇ ਸੀਗੇ ਨਾ, ਵੀ ਜਿਹੜਾ ਪਿਆਰ ਆ ਇਹ ਇੱਕ ਇਹੋ ਜਿਹਾ ਸਾਡਾ ਇੱਕ ਐਲੀਮੈਂਟ ਆ ਜਾਂ ਤੱਤ ਆ ਜਿਹੜਾ ਅੱਜ ਤੱਕ ਇਹਨੂੰ 100% ਕਿਸੇ ਨੇ ਡਿਸਕ੍ਰਾਈਪਸ਼ਨ ਨਹੀਂ ਦੇ ਪਾਇਆ, ਕਿਉਂਕਿ 100% ਜਿਹੜਾ ਇਹਨੂੰ ਜੇ ਦਿੱਤਾ ਜਾਊਗਾ ਤਾਂ ਇਹ ਦਿੱਤਾ ਜਾਊਗਾ ਵੀ ਇਹ ਰੱਬ ਆ ਜਿਹੜਾ ਪਰਮਾਤਮਾ। ਕਿਉਂ? ਕਿਉਂਕਿ ਗੁਰਬਾਣੀ ਐਵੀਡੈਂਸ ਦਿੰਦੀ ਆ ਵੀ ਪ੍ਰੇਮ ਪਟੋਲਾ ਤੈਂ ਸ਼ੋ ਦਿੱਤਾ, ਢੱਕਣ ਕੋ ਪੱਤ ਮੇਰੀ, ਦਾਨਾ ਮੈਂਡਾ ਸਾਈਂ ਮੇਰਾ, ਹੁਣ ਸਾਰ ਨਾ ਜਾਣਾ ਤੇਰੀ। ਮਤਲਬ ਆਮ ਤੌਰ 'ਤੇ ਲਵ ਇਜ਼ ਗੋਡ ਕਹਿੰਦੇ ਆ, ਪਰ ਗੋਡ ਇਜ਼ ਲਵ ਆ। ਪਹਿਲਾਂ ਰੱਬ ਬਣਿਆ, ਪਹਿਲਾਂ ਵਨਨੈਸ ਆ, ਵਨਨੈਸ ਤੋਂ ਬਾਅਦ ਉਹਦੀ ਇਹ ਜਿਹੜਾ ਐਲੀਮੈਂਟ ਲਵ ਆ ਜਿਹੜਾ ਸਾਰੀ ਸ੍ਰਿਸ਼ਟੀ ਦੇ ਵਿੱਚ ਵਰਤ ਰਿਹਾ। ਸੋ ਜਿਹੜਾ ਲਵ ਆ ਇਹ ਬਹੁਤ ਜ਼ਰੂਰੀ ਆ ਸਾਡੀ ਜ਼ਿੰਦਗੀ ਦੇ ਵਿੱਚ। ਜੇ ਇਹ ਨਹੀਂ ਤਾਂ ਸਾਡੀ ਜ਼ਿੰਦਗੀ, ਅਸੀਂ ਐਗਜ਼ਿਸਟ ਤਾਂ ਕਰਦੇ ਹਾਂ ਪਰ ਲਿਵ ਨਹੀਂ ਕਰਦੇ। ਸੋ ਜਿਹੜਾ ਪ੍ਰਭੂ ਭਗਤੀ ਦੇ ਨਾਲ ਪਿਆਰ ਜਿਹੜਾ ਪੈਣਾ, ਨਾਮ ਦੇ ਨਾਲ ਜਿਹੜਾ ਪਿਆਰ ਪੈਣਾ, ਇਹ ਇੱਕ ਬਹੁਤ ਵੱਡੀ ਅਮੋਲਕ ਦਾਤ ਆ, ਕਿਸੇ ਜੀਵ ਦੇ ਭਾਗਾਂ ਦੇ ਵਿੱਚ ਆਉਂਦੀ ਆ। ਨਹੀਂ ਤਾਂ ਹਰ ਕੋਈ ਫੁੱਲਾਂ ਨੂੰ ਵੱਢਣ ਦੇ ਲਈ, ਫੁੱਲਾਂ ਨੂੰ ਮੁਰਝਾਉਣ ਦੇ ਲਈ ਜਾਂ ਫੁੱਲਾਂ ਨੂੰ ਨਸ਼ਟ ਕਰਨ 'ਤੇ ਲੱਗਾ ਆ, ਪਰ ਫੁੱਲਾਂ ਦੇ ਜੀਵਨ ਵੱਲ ਨਹੀਂ ਦੇਖਦਾ ਕਦੀ। ਵੀ ਜਿਹੜੇ ਫੁੱਲ ਆ ਉਹਨਾਂ ਦੀ ਜ਼ਿੰਦਗੀ ਬੜੀ ਛੋਟੀ ਹੁੰਦੀ ਆ, ਪਰ ਸਾਰਿਆਂ ਨੂੰ ਆਪਣੀ ਫਰੈਸ਼ਨੈਸ ਦੇ ਨਾਲ ਮਹਿਕਾ ਦਿੰਦੇ ਆ ਅਤੇ ਮੁਰਝਾ ਜਾਂਦੇ ਆ, ਆਪਣਾ ਜ਼ਿੰਦਗੀ ਜੀ ਜਾਂਦੇ ਆ। ਸੋ ਗੁਰਸਿੱਖ ਦਾ ਜੀਵਨ ਇੱਕ ਫੁੱਲਾਂ ਦੀ ਨਿਆਈ ਆ, ਵੀ ਉਹਨੇ ਗੁਰੂ ਬਾਣੀ ਦੇ ਦੁਆਰਾ ਆਪਣੇ ਅੰਦਰ ਗੁਣ ਭਰਨੇ ਆ, ਉਹਨਾਂ ਗੁਣਾਂ ਦੀ ਮਹਿਕ ਦੇ ਨਾਲ ਸੰਸਾਰ ਨੂੰ ਸੁਗੰਧਿਤ ਕਰਨਾ। ਜਿੱਦਾਂ ਜਿੱਦਾਂ ਸੁਗੰਧਿਤ ਕਰੂਗਾ ਇਹ ਫਿਰ ਪਿਆਰ ਵੰਡੂਗਾ ਅਤੇ ਇਹਨੂੰ ਦੁਬਾਰਾ ਰਿਸਪੋਂਸ ਦੇ ਵਿੱਚ ਪਿਆਰ ਮਿਲੂਗਾ। ਪ੍ਰੈਜੈਂਟ ਟਾਈਮ ਦੇ ਵਿੱਚ ਇਹ ਦੇ ਕੁਛ ਨਹੀਂ ਰਿਹਾ ਅਤੇ ਲੈ ਵੀ ਕੁਛ ਨਹੀਂ ਰਿਹਾ, ਕਿਉਂਕਿ ਗੁਰਸਿੱਖ ਬਣਿਆ ਹੀ ਨਹੀਂ ਗਾ। ਸੋ ਇਸ ਕਰਕੇ ਇਹ ਬੜਾ ਵੱਡਾ ਕੋਨਸੈਪਟ ਆ ਜੇ ਆਪਾਂ ਇਹਦੇ ਉੱਤੇ ਚੱਲੀਏ, ਕਿਉਂਕਿ ਹੁਣ ਆਪਣਾ ਸਮਾਂ ਸਮਾਪਤ ਹੋ ਗਿਆ। ਹਾਂਜੀ, ਧੰਨਵਾਦ। ਸੋ ਇੱਥੇ ਸਾਡੇ ਅੱਜ ਦੇ ਸਮੇਂ ਦੀ ਸਮਾਪਤੀ ਹੈ। ਅਸੀਂ ਵਿਚਾਰ ਕਰ ਰਹੇ ਸਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਇਹਨਾਂ ਬਚਨਾਂ 'ਤੇ ਕਿ ਹਰ ਬਿਨ ਕਛੂ ਨਾ ਲੱਗ ਗਈ ਭਗਤਨ ਕੋ ਮੀਠਾ, ਕਿ ਭਗਤਾਂ ਨੂੰ, ਰੱਬ ਦਿਆਂ ਪਿਆਰਿਆਂ ਨੂੰ, ਨਾਮ ਜਪਣ ਵਾਲਿਆਂ ਨੂੰ ਪਰਮਾਤਮਾ ਦੇ ਨਾਮ ਤੋਂ ਬਿਨਾਂ, ਪਰਮਾਤਮਾ ਦਾ ਨਾਮ ਹੀ ਉਹਨਾਂ ਨੂੰ ਮਿੱਠਾ ਲੱਗਦਾ, ਇਹੀ ਪਿਆਰਾ ਲੱਗਦਾ, ਇਹੀ ਉਹਨਾਂ ਨੂੰ ਚੰਗਾ ਲੱਗਦਾ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ, ਸਭ ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।